ਹਾਂਜੀ ਦੋਸਤੋ, ਮੈਂ ਕਰਨਵੀਰ ਸਿੰਘ ਸੇਖੋਂ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਸਟੋਰੀ। ਅੱਜ ਆਪਾਂ ਬੱਸੀਆਂ ਰਾਏਕੋਟ ਪਹੁੰਚੇ ਹਾਂ। ਅੱਜ ਤੁਹਾਨੂੰ ਮਹਾਰਾਜਾ ਦਲੀਪ ਸਿੰਘ ਦੀ ਕੋਠੀ ਦਿਖਾਵਾਂਗੇ, ਜਿੱਥੇ ਪੰਜਾਬ ਵਿੱਚ ਆਖਰੀ ਰਾਤ ਮਹਾਰਾਜਾ ਦਲੀਪ ਸਿੰਘ ਨੇ ਕੱਟੀ। ਇਹ ਏਰੀਆ ਬੱਸੀਆਂ ਰਾਏਕੋਟ ਲੁਧਿਆਣੇ ਜ਼ਿਲ੍ਹੇ ਵਿੱਚ ਪੈਂਦਾ ਹੈ। ਚਾਰ ਛਪੇਰੇ ਕਈ ਏਕੜ ਵਿੱਚ ਫੈਲਿਆ ਇਹ ਏਰੀਆ। ਕਿਸੇ ਟਾਈਮ ਅੰਗਰੇਜ਼ ਇਸ ਏਰੀਏ 'ਤੇ ਹਕੂਮਤ ਕਰਦੇ ਸਨ। ਅੰਗਰੇਜ਼ਾਂ ਦੀ ਇਹ ਜੇਲ੍ਹ ਸੀ, ਗੈਸਟ ਹਾਊਸ ਸੀ ਅੰਗਰੇਜ਼ਾਂ ਦਾ ਇਹ, ਜਿੱਥੇ ਲਾਹੌਰ ਤੋਂ ਬੰਦੀ ਬਣਾ ਕੇ ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਆਉਂਦਾ ਗਿਆ। ਨਵੇਂ ਸਾਲ ਦਾ ਅੰਗਰੇਜ਼ਾਂ ਨੇ ਇਸ ਜਗ੍ਹਾ 'ਤੇ ਜਸ਼ਨ ਮਨਾਇਆ। ਇਸ ਜਗ੍ਹਾ ਘੋੜਿਆਂ ਦਾ ਤਬੇਲਾ, ਰਸੋਈ, ਰਹਿਣ ਲਈ ਜੋ ਕਮਰੇ ਅੰਗਰੇਜ਼ਾਂ ਦੇ, ਖੂਹ, ਅਨੇਕਾਂ ਕੁਝ ਹੈ ਜੋ ਤੁਸੀਂ ਇਸ ਵੀਡੀਓ ਵਿੱਚ ਵੇਖੋਗੇ। ਆ ਜੋ ਪਹਿਲਾਂ ਆਪਾਂ ਅੰਦਰ ਚੱਲਦੇ ਹਾਂ, ਅੰਦਰ ਦੇਖਦੇ ਹਾਂ ਮਹਾਰਾਜਾ ਦਲੀਪ ਸਿੰਘ ਦੀਆਂ ਜੋ ਕੁਝ ਨਿਸ਼ਾਨੀਆਂ ਰੱਖੀਆਂ ਹੋਈਆਂ ਨੇ ਇਸ ਮਿਊਜ਼ੀਅਮ ਵਿੱਚ। ਆ ਜੋ ਆਪਾਂ ਅੰਦਰ ਚੱਲਦੇ ਹਾਂ। ਇਹ ਪੂਰੇ ਦਾ ਪੂਰਾ ਸਿੰਘਾਸਣ ਸੋਨੇ ਦਾ ਬਣਿਆ ਹੋਇਆ ਹੈ, ਜੋ ਹਫੀਜ਼ ਮੁਹੰਮਦ ਮੁਲਤਾਨੀ ਨੇ 1820 ਤੋਂ 30 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਬਣਵਾ ਕੇ ਭੇਟ ਕੀਤਾ। ਇਹ ਮਹਾਰਾਜਾ ਦਲੀਪ ਸਿੰਘ ਦੀ ਤਲਵਾਰ ਦੀ ਕਾਪੀ ਹੈ। ਅਸਲ ਇਸ ਦੀ ਇੰਗਲੈਂਡ ਦੇ ਮਿਊਜ਼ੀਅਮ ਵਿੱਚ ਪਈ ਹੋਈ ਹੈ। ਇਹ ਮਹਾਰਾਜਾ ਦਲੀਪ ਸਿੰਘ ਦਾ ਬੁੱਤ ਹੈ। ਝਾਲਰ ਵਾਲੀ ਅਕਸਰ ਪੱਗ ਬੰਨ੍ਹਦੇ ਸਨ। ਇਹ ਕੋਹੇਨੂਰ ਦਾ ਹੀਰਾ ਜੋ ਮਹਾਰਾਜਾ ਰਣਜੀਤ ਸਿੰਘ ਆਪਣੇ ਗੁੱਟ 'ਤੇ ਬੰਨ੍ਹਦੇ ਸਨ। ਕੋਹੇਨੂਰ ਦਾ ਹੀਰਾ ਮਹਾਰਾਸ਼ਟਰ ਦੀ ਖਾਨ ਕੋਲਾਰ ਵਿੱਚੋਂ ਨਿਕਲਿਆ ਸੀ, ਜੋ 13ਵੀਂ ਸਦੀ ਤੋਂ ਲੈ ਕੇ ਹੁੰਦਾ ਹੋਇਆ ਰਾਜੇ ਮਹਾਰਾਜਿਆਂ ਤੋਂ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚਿਆ ਸੀ। ਇਹ ਮਹਾਰਾਜਾ ਜੀ ਦਾ ਸਿੰਘਾਸਣ ਸੀ, ਜਿਸ ਦੀ ਅਸਲ ਜੋ ਹੈ ਉਹ ਇੰਗਲੈਂਡ ਦੇ ਵਿੱਚ ਹੈ। ਇੱਥੇ ਜੋ ਵੀ ਹੈ ਉਸਦੀਆਂ ਕਾਪੀਆਂ ਨੇ, ਖੂਬ ਖੂਬ 90% ਮਿਊਜ਼ੀਅਮ ਇੰਗਲੈਂਡ ਦੇ ਮਿਊਜ਼ੀਅਮ ਦੀ ਤਰ੍ਹਾਂ ਬੱਸੀਆਂ ਰਾਏਕੋਟ ਵਿੱਚ ਬਣਾਇਆ ਗਿਆ ਹੈ। ਇਵੇਂ ਦਾ ਹੀ ਸੇਮ ਮਿਊਜ਼ੀਅਮ ਇੰਗਲੈਂਡ ਦੇ ਵਿੱਚ ਹੈ, ਉਹਦੀ ਇਹ ਮਿਊਜ਼ੀਅਮ ਕਾਪੀ ਹੈ। ਇਹਦੇ ਵਿੱਚ ਪਈਆਂ ਅਣਗਿਣਤ ਚੀਜ਼ਾਂ ਜੋ ਅਸੀਂ ਵੀਡੀਓ ਵਿੱਚ ਨਹੀਂ ਵਿਖਾ ਸਕਦੇ, ਉਸ ਇੰਗਲੈਂਡ ਦੇ ਮਿਊਜ਼ੀਅਮ ਦੀ ਕਾਪੀ ਹੀ ਇੱਥੇ ਉਸੇ ਤਰ੍ਹਾਂ ਪਈਆਂ ਹਨ, ਜੋ ਹਰ ਇੱਕ ਸਿੱਖ ਨੂੰ ਜੋ ਸਿੱਖ ਰਾਜ ਨਾਲ ਸੰਬੰਧਿਤ ਰੱਖਦਾ ਹੈ ਵੇਖ ਕੇ ਆਉਣੀਆਂ ਚਾਹੀਦੀਆਂ ਨੇ। ਅੰਗਰੇਜ਼ਾਂ ਦੇ ਉਸ ਸਮੇਂ ਦੇ ਗੇਟ ਬਣੇ ਆ, ਤੁਸੀਂ ਵੇਖੋ, ਕਲਾਕਾਰੀ ਵੇਖੋ ਅੰਗਰੇਜ਼ਾਂ ਦੇ ਗੇਟ ਦੀ। ਜਦੋਂ ਤੁਸੀਂ ਵਿਚਾਲੇ ਖੜੋਗੇ, ਦੋ ਪਾਸੇ ਦਿਸੂਗਾ, ਅਕਸਰ ਗੇਟ ਦੇ ਇੱਕ ਪਾਸੇ ਖੜੋਗੇ ਨਾ ਤਾਂ ਤੁਹਾਨੂੰ ਸਾਹਮਣੇ ਦਿਸੂਗਾ, ਇਹ ਦੋ ਪਾਸੇ ਦਿਸੂਗਾ। ਵੇਖੋ ਗੌਰ ਨਾਲ, ਜਦੋਂ ਇਹਦੇ ਵਿਚਾਲੇ ਖੜੋਗੇ ਨਾ, ਜਾਲੀ ਉੱਧਰਲੇ ਪਾਸੇ, ਉੱਧਰਲੇ ਪਾਸੇ, ਦੋ ਪਾਸੇ, ਇਸ ਤਰ੍ਹਾਂ ਦਾ ਗੇਟ ਬਣਾਇਆ ਹੈ ਅੰਗਰੇਜ਼ਾਂ ਦਾ। ਪੁਰਾਣੀਆਂ ਇੱਟਾਂ ਵਾਲੀ ਇਮਾਰਤ ਤੁਹਾਨੂੰ ਦਿਖਾ ਰਹੇ ਹਾਂ। ਕੁਝ ਤਾਂ ਢਹਿ ਗਈ, ਪਰ ਕੁਝ ਸੰਭਾਲ ਲਈ ਗਈ। ਇਹ ਇਤਿਹਾਸ ਹੈ ਜਿੱਥੇ ਸਿੱਖਾਂ ਦੇ ਰਾਜੇ ਮਹਾਰਾਜਾ ਦਲੀਪ ਸਿੰਘ ਨੇ 31 ਦਸੰਬਰ 1849 ਦੀ ਆਖਰੀ ਰਾਤ ਪੰਜਾਬ ਵਿੱਚ ਕੱਟੀ। ਮਹਾਰਾਣੀ ਜਿੰਦ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਰਾਣੀ ਸੀ। ਸਰਦਾਰ ਮੰਨਾ ਸਿੰਘ ਔਲਖ ਦੀ ਧੀ ਜਿੰਦ ਕੌਰ ਤੋਂ ਅੰਗਰੇਜ਼ ਡਰਦੇ ਸਨ। 9 ਮਹੀਨੇ 11 ਦਿਨ ਦੇ ਸਨ ਮਹਾਰਾਜਾ ਦਲੀਪ ਸਿੰਘ ਜਦੋਂ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਏ ਸਨ। 6 ਸਤੰਬਰ 1838 ਲਾਹੌਰ ਵਿੱਚ ਜਨਮੇ ਦਲੀਪ ਸਿੰਘ ਨੂੰ 5 ਸਾਲ ਦੀ ਉਮਰ ਵਿੱਚ ਰਾਜ ਗੱਦੀ 'ਤੇ ਬਿਠਾ ਦਿੱਤਾ ਗਿਆ। 9 ਸਾਲ ਦੀ ਉਮਰ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਣੀ ਜਿੰਦਾ ਨਾਲੋਂ ਵੱਖ ਕਰ ਦਿੱਤਾ ਗਿਆ। ਬਹੁਤ ਛੋਟੀ ਉਮਰ ਸੀ। ਕੁਝ ਨਿਸ਼ਾਨੀਆਂ ਤਾਂ ਢਹਿ ਢੇਰੀ ਹੋ ਗਈਆਂ,
ਕੁਝ ਨਿਸ਼ਾਨੀਆਂ ਅੰਗਰੇਜ਼ਾਂ ਦੇ ਸਮੇਂ ਦੀਆਂ ਇਉਂ ਹੀ ਖੜ੍ਹੀਆਂ ਨੇ। ਇਹ ਘੋੜਿਆਂ ਦਾ ਤਬੇਲਾ ਹੈ ਜੋ ਅੰਗਰੇਜ਼ਾਂ ਦੇ ਸਮੇਂ ਦਾ ਇਉਂ ਹੀ ਖੜ੍ਹਾ ਹੈ। ਇਸ ਦੇ ਉੱਪਰ ਗਾਡਰ ਜਿਹੜੇ ਪਾਏ ਗਏ ਹਨ ਉਹ ਉਹਨਾਂ ਗਾਡਰਾਂ ਦੇ ਉੱਤੇ ਮੇਡ ਇਨ ਇੰਗਲੈਂਡ ਲਿਖਿਆ ਹੋਇਆ ਹੈ। ਇੱਥੇ ਘੋੜੇ ਬੰਨ੍ਹਦੇ ਸਨ। ਬਾਅਦ ਵਿੱਚ ਇਸ ਨੂੰ ਆਹ ਦੇਖੋ, ਅਸੀਂ ਤੁਹਾਨੂੰ ਇਹ ਦਿਖਾਉਂਦੇ ਹਾਂ ਜਿਸ ਦੇ ਉੱਪਰ ਮੇਡ ਇਨ ਇੰਗਲੈਂਡ ਲਿਖਿਆ ਹੋਇਆ ਹੈ। ਇਹ ਗਾਡਰ ਇਹ ਅੱਜ ਵੀ ਮੌਜੂਦ ਨੇ, ਬਹੁਤ ਨਿਸ਼ਾਨੀਆਂ ਨੇ, ਜਦੋਂ ਜਾਓਗੇ ਬਹੁਤ ਤੁਸੀਂ ਦੇਖੋਗੇ। ਭਾਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਵੀਡੀਓਗ੍ਰਾਫੀ ਦੀ ਕੁਝ ਉੱਥੇ ਮਨਾਹੀ ਕਰਕੇ ਕੁਝ ਚੀਜ਼ਾਂ ਅਸੀਂ ਤੁਹਾਨੂੰ ਦਿਖਾ ਨਹੀਂ ਸਕੇ। ਇਹ ਪੁਰਾਤਨ ਖੂਹ ਹੈ, ਤਿੰਨ ਖੂਹ ਨੇ ਇੱਥੇ। ਇਹ ਖੂਹ ਨੂੰ ਓਪਨ ਥੀਏਟਰ ਬਣਾ ਦਿੱਤਾ ਗਿਆ, ਇਸ ਨੂੰ ਉੱਪਰ ਸਲੇਬਾਂ ਪਾ ਕੇ ਢੱਕ ਦਿੱਤਾ ਗਿਆ। ਇਸਦੇ ਥੱਲੇ ਖੂਹ ਆ, ਓਪਨ ਥੀਏਟਰ ਬਣਾ ਦਿੱਤਾ ਗਿਆ। ਕਈ ਏਕੜ ਵਿੱਚ ਫੈਲਿਆ ਵਿਸ਼ਾਲ ਇਲਾਕਾ ਹੈ, ਇੱਥੇ ਕਈ ਪ੍ਰੋਗਰਾਮ ਵੀ ਹੁੰਦੇ ਹਨ। ਤਿੰਨ ਖੂਹ ਆ, ਤੀਸ ਇਦੋਂ ਅੱਗੇ ਆਪਾਂ ਦੋ ਖੂਹ ਤੁਹਾਨੂੰ ਉਹ ਵੀ ਦਿਖਾ ਕੇ ਲਿਆਵਾਂਗੇ। ਮਹਾਰਾਜਾ ਦਲੀਪ ਸਿੰਘ ਨੂੰ ਜਦੋਂ ਲਾਹੌਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਲਾਹੌਰ ਤੋਂ ਫਿਰੋਜ਼ਪੁਰ, ਫਿਰੋਜ਼ਪੁਰ ਤੋਂ ਮੁੱਦਕੀ, ਬਾਘਾ ਪੁਰਾਣਾ, ਬੱਧਨੀ ਕਲਾਂ, ਬੱਧਨੀ ਕਲਾਂ ਤੋਂ ਲੰਮਾ ਜੱਟਪੁਰਾ ਹੁੰਦੇ ਹੋਏ ਬੱਸੀਆਂ ਲੈ ਕੇ ਆਏ ਸੀਗੇ। ਬੱਸੀਆਂ ਰਾਏਕੋਟ ਇਲਾਕੇ ਵਿੱਚ ਰਹੇ ਨੇ। ਅੱਜ ਤੁਹਾਨੂੰ ਖੂਹ ਵਿਖਾ ਕੇ ਲਿਆਉਂਦੇ, ਪਹਿਲਾਂ ਅੱਜ ਚੱਲਦੇ ਹਾਂ। ਕੁਝ ਦਰਖਤ ਵੀ ਇੱਥੇ ਕਾਫੀ, ਆਹ ਦੇਖੋ ਤੁਸੀਂ, ਇਹ ਪੁਰਾਤਨ ਖੂਹ ਆ। ਲਾਰਡ ਲਾਹੌਜੀ ਗਵਰਨਰ ਸੀ ਪੰਜਾਬ ਦਾ ਉਸ ਵਕਤ, ਉਹ ਰਾਏਕੋਟ ਤੋਂ ਮਲੇਰਕੋਟਲਾ, ਨਾਭਾ, ਨਾਭਾ ਪਟਿਆਲਾ, ਅੰਬਾਲੇ ਤੋਂ ਹੁੰਦੇ ਹੋਏ ਯੂਪੀ ਦੇ ਫਤਿਹਗੜ੍ਹ ਇਲਾਕੇ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਕੁਛ ਸਾਲ ਰੱਖਿਆ। ਉੱਥੇ ਉਸਦਾ ਬ੍ਰੇਨ ਵਾਸ਼ ਕਰ ਦਿੱਤਾ ਗਿਆ। 1853 ਵਿੱਚ ਮਹਾਰਾਜਾ ਦਲੀਪ ਸਿੰਘ ਦੇ ਕੇਸ ਕਤਲ ਕਰਕੇ ਉਸਨੂੰ ਈਸਾਈ ਬਣਾ ਦਿੱਤਾ ਗਿਆ। ਪਰ ਇਹ ਯਾਦ ਅੱਜ ਤਾਜ਼ੀ ਹੁੰਦੀ ਹੈ ਇੱਥੇ ਆਣ ਕੇ, ਕਿਵੇਂ ਸਿੱਖਾਂ ਦੇ ਨਾਲ ਕਿਵੇਂ ਉਸ ਨੂੰ ਆਪਣੇ ਧਰਮ ਨਾਲੋਂ ਵੱਖ ਕਰ ਦਿੱਤਾ ਗਿਆ। 1854 ਈਸਵੀ ਵਿੱਚ ਕਲਕੱਤੇ ਤੋਂ ਬੰਦਰਗਾਹ ਸਮੁੰਦਰੀ ਜਹਾਜ਼ ਰਾਹੀਂ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲਈ ਰਵਾਨਾ ਕਰ ਦਿੱਤਾ ਗਿਆ। ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੀ 35-40 ਕਿਲੋ ਦੀ ਤਲਵਾਰ, ਸੋਨੇ ਦਾ ਸਿੰਘਾਸਣ ਅਤੇ ਹੋਰ ਗਹਿਣੇ, ਮਹਾਰਾਣੀ ਜਿੰਦ ਕੌਰ ਦੇ ਸਾਡਾ ਬੇਸ਼ਕੀਮਤੀ ਕੋਹੇ ਨੂਰ ਇੰਗਲੈਂਡ ਅੰਗਰੇਜ਼ ਸਰਕਾਰ ਲੈ ਗਈ। ਧੰਨਵਾਦ।